ਇਹ ਗੱਲ ਹੈ ਤੇ ਇਹ ਜਵਾਨੀ ਵਿੱਚ ਹੀ ਤੈਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਆਉਣਾ ਪੈ ਗਿਆ। ਕੀ ਦੱਸਾਂ ਬੇਬੇ ਤੈਨੂੰ ਮੈਂ, ਮੇਰੇ ਤੋਂ ਜਿਹੀ ਗਲਤੀ ਹੋ ਗਈ ਨਾ ਜਿਹਨੂੰ ਰੱਬ ਵੀ ਨਹੀਂ ਮਾਫ਼ ਕਰ ਸਕਦਾ। हाँ जी हो गए। राणो तेनू कितनी बारी क्या पिछो आवाज ना मारेगा। मेरी गल तो सुनो, अपने ब्याह नू थोड़ा टाइम तो होया, तुसी फेर चले हो। वो तो फिकर ना कर, बस थोड़े कु दिनों की गल है, फिर मैं तेनू अपने नाल ही ले जाऊंगा। ठीक है, चल हुण मैं चलदा। ਇਹਨੂੰ ਤਾਂ ਮੈਨੂੰ ਪੂਰਾ ਫਿਕਰ ਨਹੀਂ ਹੈਗੀ, ਸਾਰਾ ਦਿਨ ਕੰਮ ਕੰਮ। ਸਾਡੇ ਵੀਰ ਨੂੰ ਟੂਰਨਾਮੈਂਟ ਨੇ ਟੂਰਨਾਮੈਂਟ ਤੇ ਜਾ। ਉਹ ਕੀ ਗੱਲ ਨੇ ਵੀਰੇ? ਨਜ਼ਾਰੇ ਹੋ ਠੀਕ ਹੋ? ਉਹ ਕੀ ਗੱਲ ਸਹਿਰੀਆ? ਹਾਂ, ਉਹ ਹੁਣੇ ਹੁਣੇ ਦਾ ਤੇਰਾ ਵਿਆਹ ਹੋਇਆ ਸੀ, ਚੱਲਿਆ ਵੀ ਆ ਹੈ। ਉਹ ਬਾਈ ਤੈਨੂੰ ਪਤਾ ਹੀ ਹੈ, ਕੰਮਾਂ ਕਾਰਾਂ 'ਚ ਤੈਨੂੰ ਪਤਾ ਹੀ ਹੈ ਇੰਨਾ ਕੋਈ ਟਾਈਮ ਹੀ ਮਿਲਦਾ। ਚੱਲ ਧਿਆਨ ਰੱਖੀ ਹੁਣ ਘਰ ਦਾ ਵੀ। ਉਹ ਤੂੰ ਫਿਕਰ ਨਾ ਕਰਿਆ ਕਰ। ਹਾਂ ਚੱਲ ਚੱਲ ਠੀਕ ਹੈ ਬਾਈ। ਹੈ ਓਏ, ਮੈਂ ਸੁਣਿਆ ਤੁਹਾਡੇ ਨੂੰ ਸਰਕਾਰੀ ਨੌਕਰੀ ਮਿਲ ਗਈ, ਤਾਂ ਹੀ ਤਾਂ ਗੱਡੀ ਨਵੀਂ ਲਈ ਫਿਰਦਾ। ਓਏ ਹੋਰ ਬਾਈ, ਇਹਦੀ ਤਾਂ ਮੇਰੇ ਸਾਲੇ ਦੀ ਨਾਰ ਵੀ ਸੋਹਣੀ, ਕਾਰ ਵੀ ਸੋਹਣੀ, ਮੇਰੀ ਇਹ ਕਿਸਮਤ ਮਾੜੀ ਹੈ ਸਾਲੀ। ਐਂ ਕਰ ਫਿਰ, ਤੇਰੀ ਕਿਸਮਤ ਵੀ ਕਰਦੇ ਠੀਕ ਆ, ਜਾ ਖੇਤ ਚੱਲ। ਚੱਲ ਠੀਕ ਹੈ। ਸਾਲਾ ਜਿਹੜਾ ਨਜ਼ਾਰਾ ਨਾ ਬਾਈ ਮੋਟਰ ਤੇ ਗੰਨੇ ਚ ਉੱਪਣ ਦਾ ਆਉਂਦਾ, ਸਾਲਾ ਹੋਰ ਕਿਤੇ ਨਹੀਂ ਆਉਂਦਾ। ਕਿੰਨਾ ਚਿਰ ਬੈਠਾ ਮੋਟਰ ਤੇ ਗੰਨੇ ਚੂਪੀ ਜਾਏਗਾ, ਕਦੇ ਅੰਬ ਵੀ ਚੂਪ ਕੇ ਦੇਖ ਲੈ। ਉਹ ਗੱਲ ਤਾਂ ਤੇਰੀ ਸਹੀ ਹੈ, ਉਹ ਸਾਲਾ ਕਦੇ ਮੌਕਾ ਹੀ ਨਹੀਂ ਮਿਲਿਆ। ਘਰੇ ਅੰਬ ਦਾ ਬੂਟਾ ਲੱਗਿਆ ਹੋਵੇ, ਤੂੰ ਮੌਕੇ ਪਤੰਦਰਾ ਬਾਹਰ ਭਾਲਦਾ ਫਿਰਦਾ। ਉਹ ਸਾਲਿਆ ਤੂੰ ਨਾ ਟਲੀ ਕਦੇ। ਚੱਲ ਹੁਣ ਪਿੰਡ ਨੂੰ ਚੱਲੀਏ। ਚੱਲ ਫਿਰ। ਤੈਂ ਕਰਤਾ ਜ਼ਰੂਰੀ ਪੂਰਾ? ਹਾਂ, ਜ਼ਰੂਰੀ ਨਹੀਂ ਮਿਲਦਾ ਯਾਰ, ਮਾਮੇ ਨੂੰ ਕਿਹਾ ਸੀ ਦੋ ਬੋਰੀਆਂ ਦੇ। ਓਏ ਆਪਣੇ ਕਨੀ ਉਹ ਲੈ ਜੀ। ਉਹ ਤੇਰੀ ਲਾਈ ਮਿੱਤਰਾਂ, ਅੰਬੀਆਂ ਨੂੰ ਬੂਟਾ ਬੇਸ਼ੁਮਾਰ ਪਿਆ ਪਿਆ, ਹੁਣ ਦੇਖਦੇ ਤੂੰ ਅੰਬ ਖਾਣੇ ਨੇ ਕਿ ਪੇਡੇ ਗਿਣਨੇ ਨੇ। ਚੰਗਾ ਫਿਰ। ਸਤਿ ਸ੍ਰੀ ਅਕਾਲ ਭਰਜਾਈ। ਸਤਿ ਸ੍ਰੀ ਅਕਾਲ। ਹੋਰ ਫਿਰ ਕਰਦਾ ਬਾਈ ਫੋਨ ਕਿ ਨਹੀਂ? ਮੈਨੂੰ ਤਾਂ ਲੱਗਦਾ ਕਿਹੜਾ ਕਰਦਾ ਹੁਣ, ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦਿਆ ਕਰ, 24 ਘੰਟੇ ਤੇਰੀ ਸੇਵਾ 'ਚ ਹਾਜ਼ਰ ਹਾਂ। ਕੋਈ ਨਾ, ਮੈਂ ਦੱਸ ਦਿਆ ਕਰਾਂਗੀ ਤੁਹਾਨੂੰ। ਚੰਗਾ ਭਰਜਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਰਜਾਈ। ਸਤਿ ਸ੍ਰੀ ਅਕਾਲ। ਸ਼ਹਿਰ ਚੱਲਿਆ ਸੀ ਜੇ ਕੋਈ ਸਮਾਨ ਮੰਗਾਉਣਾ, ਤੇ ਬਾਈ ਤੇ ਹੁਣ ਘਰੇ ਹੈ ਨਹੀਂ, ਮੇਰਾ ਤੇ ਫਰਜ਼ ਬਣਦਾ ਕਿ ਨਹੀਂ? ਨਹੀਂ ਜੀ, ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਹੈਗੀ। ਚੱਲ ਮਰਜ਼ੀ ਹੈ ਤੇਰੀ ਭਰਜਾਈ। ਇੱਕ ਮਿੰਟ ਮੇਰੀ ਗੱਲ ਸੁਣਿਓ, ਇਹਨੂੰ ਨਾ ਮਾੜੇ ਜਿਹੇ ਪਰੇ ਕਰਾਉਣਾ ਸੀ। ਲੈ ਭਰਜਾਈ, ਇਹ ਵੀ ਕੋਈ ਵੱਡੀ ਗੱਲ ਹੈ? ਦੇਖੀ ਭਰਜਾਈ, ਹਾਏ ਰੱਬਾ, ਦੇਖੀ ਸੱਟ ਤਾਂ ਨਹੀਂ ਖਾ ਲਈ? ਓਹੋ, ਹਾਏ ਰੱਬਾ,
ਬੜਾ ਦਰਦ ਹੋ ਰਿਹਾ ਤਾਂ ਚੱਲ ਪਰਜਾਈ ਇਹਨੂੰ ਤਾਂ ਮੈਂ ਆਪ ਹੀ ਅੰਦਰ ਰੱਖ ਦੂੰ ਚੱਲ ਪਹਿਲਾਂ ਤੈਨੂੰ ਅੰਦਰ ਛੱਡ ਦਾਂ ਹਾਏ ਰੱਬਾ ਚੱਲ ਬੈਠੀ ਹਾਏ ਰੱਬਾ ਤੁਰਿਆ ਵੀ ਨਹੀਂ ਜਾ ਰਿਹਾ ਹਾਏ ਰੱਬਾ ਸੱਟ ਬਹੁਤ ਲੱਗੀ ਚੱਲ ਚੱਲ ਇੱਥੇ ਪੈ ਜਾ ਪਰਜਾਈ ਹਾਏ ਮੈਂ ਮਰ ਗਈ ਖੜ ਜਾ कोई ना प्रजाई मैं कादे वास्ते आ है प्रजाई मैं तो कम ज्यादा वधिया लगता है मैं डॉक्टर नूं फोन कर देना कोई ना भरजाई हो जाएंगे ठीक इन्नी डर की लोड़ नहीं जी थोड़ा जहा मास पाट है मेडिसिन लिख देना बहरों जाके ले लो ठीक है डॉक्टर साहब मैं शहर वाल ही जा रहा थी डॉक्टर साहब हाँ जी उतना मिल जूगी बहरों ला लो मेडिकल चल ठीक है भरजाई मैं दवाई ले आवा ठीक है मैनू तां आपदे आप नालों ज्यादा फिक्र तेरी है फिक्र क्यों नहीं भरजाई बस तू ही नहीं समझदी ਤੰਦਰਾ ਸਾਰਾ ਦਿਨ ਕੰਮ 'ਚ ਹੀ ਲੱਗਿਆ ਰਹਿਣਾ ਹੈ ਮਾੜੀ ਮੋਟੀ ਰੈਸਟ ਕਰ ਲਿਆ ਕਰ ਉਹ ਤੈਨੂੰ ਪਤਾ ਹੀ ਆ ਬਾਈ ਇਹ ਕੰਮ ਵੀ ਜ਼ਰੂਰੀ ਨੇ ਕੁੱਟ ਚਾਹ ਪੀ ਲੈ ਰੱਖ ਦੇ ਬਾਈ ਹੋਰ ਸੁਣਾ ਭਰਜਾਈ ਦਾ ਕੀ ਹਾਲ ਹੈ ਬਸ ਬਾਈ ਵਧੀਆ ਤੇਰੀ ਭਰਜਾਈ ਵੀ ਤੇ ਸੱਚ ਉਹਦਾ ਕੀ ਬਣਿਆ ਬਾਈ ਜਿਹੜਾ ਤੂੰ ਕਹਿੰਦਾ ਮਕਾਨ ਲੈਣਾ ਆਪਾਂ ਲੈ ਲਿਆ ਕਿ ਨਾ ਉਹ ਬਾਈ ਮਕਾਨ ਵਾਲਾ ਵੀ ਆਪਣਾ ਛੇਤੂ ਹੀ ਬਣ ਜਾਣਾ ਬਸ ਥੋੜ੍ਹੇ ਟਾਈਮ ਦੀ ਗੱਲ ਹੈ ਨਾਲੇ ਤੇਰੀ ਭਰਜਾਈ ਨੂੰ ਵੀ ਖੁਸ਼ਖਬਰੀ ਦੇਣੀ ਆ ਮੇਰਾ ਵੀ ਯਾਰ ਹੁਣ ਉਹਦੇ ਬਿਨਾ ਜੀ ਨਹੀਂ ਲੱਗਦਾ ਚੱਲ ਠੀਕ ਹੈ ਬਾਈ ਨਵੇਂ ਸਾਲ ਤੇ ਪਾਰਟੀ ਲੈਂਦੇ ਹੋ ਜਾਾਂਗੇ ਹਾਂ ਹਾਂ ਬਾਈ ਜ਼ਰੂਰ ਚੱਲ ਠੀਕ ਹੈ ਬਾਈ ਮੈਂ ਚੱਲਦਾ ਚੱਲ ਠੀਕ ਹੈ ਬਾਈ ਨਾਲੇ ਭਰਜਾਈ ਦਾ ਖਿਆਲ ਰੱਖਿਆ ਕਰ ਫੋਨ ਫੋਨ ਕਰ ਲਿਆ ਕਰ ਉਹਨੂੰ ਠੀਕ ਹੈ ਬਾਈ ਪਰਿਵਾਰ ਤੋਂ ਵੱਧ ਕੇ ਕੁਝ ਨਹੀਂ ਓਕੇ ਬਾਈ ਠੀਕ ਹੈ ਬਸ ਉਹਨੇ ਵੀ ਕਰਦਾ ਫੋਨ ਮੈਂ ਇੱਕ ਮਿੰਟ ਕੰਮ ਨੇ ਵੇਖ ਲਾ ਲੱਗਦਾ ਸੌ ਚੱਲ ਕੋਈ ਨਹੀਂ ਸਵੇਰੇ ਕਰ ਲਾਂਗੇ की हो गया मेरे तो हड्डी बड़ी गलती तो रब ने भी नहीं माफ करना
हेलो ठीक है ओके। कुछ नहीं भरजाई प्रबंध किया पक्का तेरा की पता है कदों पार्टी बदल जी वे तू डिलीट कर दे नू जो होया ना भूल जा किमें भुल गया भरजाई तू भुलने वाली चीज है भला रात को मैं फिर आऊंगा दरवाजा खुला रखी कुंडी ना खड़का सोने सीधा अंदर तू वे मुंडे इतने बैठे डलियां मारी जाना बापू नाल कम करा दा कर घरों आता हो चाह तो ले आता कुट्टा किमें उदास होया बैठे जिम्मे सप्प सुंग गया हो कुछ नहीं बापू होना की है पुत कद दाइया को भी ढिड लुकया है तेरा बापू हाँ सारा पता मैनू तेरे बापू ने भी बड़े बुले लुटे जवानी वेले चल कोई गल नहीं पुत आखिर अपने बापू ती गए होर कि गुआढ़ियों से जाएगा गल सुन वाली मेरी आ सारी जमीन ना गुरलाल दी है ये मैनू चाहिए है बापू जे जमीन दे नाल नाल जमीन दी मालकन भी लियावां फिर मन्नेगा आपदे पुत नू गल सुन पुत जमीन दी मालकन तां लियाएगा इस तों पहलां जमीन दे मालक दा भी कुछ करना पऊ ओए ओ तां मेरा साला पहली बहुत अखां च रड़कदा सी मेरे बस कदे हौंसले ही नहीं पिया हूँ देख फिर बापू अगे अगे बनता की है पत्ता भरजाई चाती आ गया तू आने सी ए कर तू अंदर बैठ मैं तेरे वास्ते दूध लेके आनी हूं चल ठीक है ही आ जा कुत्तिया तेरा प्रबंध तो मैं करती हूँ वो भी पक्का एक मिनट है दूध का पीला पूरा होना चाहिए
ਸਤਿਕਾ ਜਨਾਬ ਸਤਿਕਾ ਜੀ ਰਾਣੋ ਨਾਲ ਮੁਲਾਕਾਤ ਕਰਨੀ ਸੀ ਜੀ ਅੱਛਾ ਆਈਡੀ ਪ੍ਰੂਫ ਦਿਓ ਤੁਹਾਡਾ ਹਾਂਜੀ ਕੀ ਨਾਮ ਹੈ ਗੁਰਲਾਲ ਸਿੰਘ ਗੁਰਲਾਲ ਸਿੰਘ ਸਨਪ ਸ਼ੀਸ਼ਾ ਸਿੰਘ ਸ਼ੀਸ਼ਾ ਸਿੰਘ ਗੁਰਮੀਤ ਸਿੰਘ ਜਾ ਕਰਾਓ ਮੁਲਾਕਾਤ ਇਹਨਾਂ ਦੀ राणो एहो जी की मजबूरी सी जिदे करके तेनू मेरे भरा नू मारना पिया मेरे तो बहुत वड्डी गलती हो गई सी मैनू माफ कर बस हल्के कुत्ते ने वड़ लिया सी जे उहनू मैं ना मारदी ना उहने भी मेरे वांगू किसी होर नू वड़ना सी चल कोई नहीं राणो इहदे विच तेरी कोई गलती नहीं मेरी ही गलती है मैं ही नहीं तेनू टाइम दे सकिया तू घबरा ना तू बस छेती छेती बाहर आ जा मैं तेरा वेट करदा जिंदगी आप दोबारा नवे सिरे तो शुरू कर दे अज मुड़िया तेरे शहर वालों जिथे मिलदे सी ओ नहर वालों अज मुड़िया तेरे शहर वालों जिथे मिलदे सी ओ नहर वालों एक डर सी तेनू खोना देवा हुणे ओ भी पूरा होया जे अखरों दी तां बेकदरे चल जर लेंदे अज तेनू चेते करके मेरा दिल रोया जे अखरों दी तां बेकदरे चल जर लेंदे अज तेनू चेते करके